ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਜਿਵੇਂ ਕਿ ਤੁਹਾਨੂੰ ਪਤਾ ਵੀ ਏਜੰਟਾਂ ਦੇ ਅੱਜ ਕੱਲ ਬਹੁਤ ਫਰਾਡ ਚੱਲਦੇ ਪਏ ਨੇ ਇਹ ਬਾਈ ਹੋਣੀ ਕਿਹਦੇ ਪਿੰਡ ਤੋਂ ਵੀਰੇ ਤੁਸੀਂ ਅਟਾਲਾ ਪਿੰਡ ਤੋਂ ਹੈਗੇ ਨੇ ਤੇ ਇਹਨਾਂ ਨਾਲ ਵੀ ਧੋਖੇਧੜੀ ਹੋਈ ਹੈ ਇੱਕ ਏਜੰਟ ਹੈ ਇਹ ਵੀਡੀਓ ਸਿਰਫ ਉਹਦੇ ਨਾਲ ਵਾਰਨਿੰਗ ਵਾਲੀ ਗੱਲ ਹੈ ਪਹਿਲਾਂ ਮੈਂ ਉੱਥੇ ਫੋਨ ਤੇ ਗੱਲ ਕਰੀ ਹੈ ਇਹਨਾਂ ਦੇ ਕਿੱਥੇ ਦਾ ਵੀਜ਼ਾ ਲਵਾਏ ਤੁਸੀਂ ਵੀਰੇ ਦੁਬਈ ਦੇ ਲਵਾਏ ਸੀ 70-70 ਹਜ਼ਾਰ ਰੁਪਇਆ ਇਹਨਾਂ ਨੇ ਦਿੱਤਾ ਹੋਇਆ ਤੇ ਆਹ ਵੀਰੇ ਨੂੰ ਬਹੁਤ ਜ਼ਿਆਦਾ ਹਰਾਸਮੈਂਟ ਹੋਈ ਹੈ ਬਾਹਰ ਫਾਈਨ ਵੀ ਪਏ ਨੇ ਕੀ ਹੋਇਆ ਬਾਈ ਦੱਸੋ ਬੋਲੋ ਬੋਲੋ ਖੁੱਲ ਕੇ ਨਾਮ ਨੀ ਲੈਣਾ ਹਜੇ ਨਾ ਫਿਰ ਆਪਾਂ ਨਾ ਕੀ ਫਿਰ ਆਪਾਂ ਤਾਂ ਬਾਹਰ ਜਾ ਕੇ ਬਹਿ ਜਾਂਗੇ ਪਹਿਲਾਂ ਮੈਂ ਬੈਠੂ ਫਿਰ ਤੁਸੀਂ ਬੈਠੇ ਹੋ ਹਾਂ ਠੀਕ ਹੈ ਕਿਹੜੀ ਕੰਟਰੀ ਦਾ ਦੁਬਈ ਦਾ ਅੱਛਾ ਕੋਈ ਨੀ ਬੋਲੋ ਠੀਕ ਹੈ ਮਾਛੀਵਾੜਾ ਸਾਹਿਬ ਤੋਂ ਏਜੰਟ ਖਮਾਣੋ ਤੋਂ ਖਮਾਣੋ ਇਹਦਾ ਆਫਿਸ ਹੈ ਏਜੰਟ ਹੈਗਾ ਮਾਛੀਵਾੜਾ ਸਾਹਿਬ ਦਾ ਆ ਵੀਡੀਓ ਕਰਨ ਤੋਂ 10 ਮਿੰਟ ਪਹਿਲਾਂ ਮੇਰੀ ਉਹਦੇ ਨਾਲ ਗੱਲ ਹੋਈ ਹੈ ਯਾਨੀ ਕਿ ਉਹ ਕਹਿ ਰਿਹਾ ਵੀ ਮੈਂ ਤਰਸ ਦੇ ਆਧਾਰ ਤੇ 15-20 ਹਜ਼ਾਰ ਰੁਪਇਆ ਦੇ ਸਕਦਾ ਇਹਨਾਂ ਦਾ 70-70 ਹਜ਼ਾਰ ਲੱਗਿਆ ਵੀਡੀਓ ਬਣਾ ਕੇ ਲਿੰਕ ਤੈਨੂੰ ਵੀ ਪਾਵਾਂਗੇ ਵੱਡੇ ਭਾਈ ਜਾਂ ਛੋਟੇ ਭਾਈ ਜਿਹੜਾ ਵੀ ਤੂੰ ਹੈਗਾ ਮੈਂ ਇਹ ਚੀਜ਼ਾਂ ਤੋਂ ਕੁਛ ਵੀ ਨਹੀਂ ਲੈਣਾ ਮੇਰਾ ਆਪਣਾ ਕਾਰੋਬਾਰ ਚੱਲਦਾ ਪਰ ਉਹ ਜਿਹੜੇ ਭਰਾ ਮੈਨੂੰ ਕੱਲ੍ਹ ਵੀ ਮਿਲਣ ਆਏ ਸੀਗੇ ਉਹ ਅੱਜ ਵੀ ਮਿਲਣ ਆਏ ਨੇ ਮੈਂ ਇਹਨਾਂ ਨਾਲ ਸ਼ਰੇਆਮ ਖੜਾ ਜਿੰਨੇ ਇਹਨਾਂ ਦੇ ਪੈਸੇ ਲੱਗੇ ਨੇ ਠੀਕ ਹੈ ਜੀ ਜੇ ਤਾਂ ਤੁਸੀਂ ਦੇ ਸਕਦੇ ਹੋ ਤਾਂ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਕੋਈ ਆਫਿਸ ਦੀ ਵੀਡੀਓ ਨਹੀਂ ਬਣਾਵਾਂਗੇ ਕੋਈ ਤੁਹਾਡੇ ਨਾਲ ਜਾ ਕੇ ਲਾਈਵ ਨਹੀਂ ਹੋਵਾਂਗੇ ਜੋ ਹੋਊਗਾ ਠੀਕ ਹੈ ਅੱਗੇ ਤੋਂ ਤੁਹਾਡੇ ਕੇਸ ਨਾ ਸੁਣਨ ਜੇ ਕੋਈ ਹੋਰ ਵੀ ਉਹਦੇ ਪ੍ਰਤੀ ਕੇਸ ਹੋਣ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਆਪਣੇ ਏਰੀਏ ਦੇ ਵਿੱਚ ਆਹ ਕੁਛ ਕਰ ਸਕਦੇ ਹਾਂ ਜੋ ਮਹਾਰਾਜ ਨੇ ਪਾਵਰ ਬਖਸ਼ੀ ਹੈ ਜੋ ਸੰਗਤ ਦਾ ਪਿਆਰ ਬਖਸ਼ਿਆ ਉਹਨਾਂ ਕਰਕੇ ਨਹੀਂ ਮੇਰਾ ਘਰ ਬਾਰ ਹੈ ਵਪਾਰ ਹੈ ਵਧੀਆ ਮੈਨੂੰ ਕੋਈ ਇੱਦਾਂ ਚੀਜ਼ਾਂ ਲੋੜ ਨਹੀਂ ਪਰ ਜੇ ਅਸੀਂ ਕਿਸੇ ਦੇ ਕੰਮ ਹੀ ਨਾ ਆ ਸਕੇ ਹੁਣ ਉਹ ਵੀ ਬੰਦੇ ਆਸ ਨਾਲ ਆਏ ਵੀਰੇ ਕੱਲ੍ਹ ਵੀ ਆਏ ਤੁਸੀਂ ਅੱਜ ਫਿਰ ਆਏ ਨੇ ਠੀਕ ਹੈ ਅਤੇ ਮੈਂ ਇਹਨਾਂ ਨਾਲ ਵੀਰੇ ਸ਼ਰੇਆਮ ਖੜਾ ਦੂਜੀ ਗੱਲ ਇਹ ਹੈ ਵੀ ਆਹ ਵੀਡੀਓ ਤੈਨੂੰ ਲਿੰਕ ਭੇਜਾਂਗੇ ਜੇ ਤੂੰ ਚਾਹੁੰਦਾ ਵੀ ਆਪਣਾ ਕੋਈ ਨੁਕਸਾਨ ਨਾ ਹੋਵੇ ਮਤਲਬ ਫਾਈਨੈਂਸ ਦਾ ਦੇਖੋ ਜੇ ਅਸੀਂ ਵੀਡੀਓ ਕਰਤੀ ਫਿਰ ਤੁਹਾਡੇ ਕੋਲ ਕੋਈ ਕੇਸ ਨਹੀਂ ਆਉਣਾ ਜੇ ਸਹੀ ਸੂਈ ਕੰਮ ਕਰਦੇ ਤਾਂ ਫਿਰ ਕਰੀ ਜਾਇਓ ਸਾਨੂੰ ਉਹ 'ਚ ਕੋਈ ਦਿੱਕਤ ਨਹੀਂ ਸਾਰੀ ਦੁਨੀਆ ਕਰਦੀ ਹੈ ਠੀਕ ਹੈ ਪਰ ਜੇ ਵੀਰੇ ਤੁਸੀਂ ਇਹਨਾਂ ਨਾਲ ਧੱਕਾ ਕਰਨਾ ਆਹ ਮੁੰਡਾ ਸੁਸਾਈਡ ਕਰਨ ਨੂੰ ਫਿਰਦਾ ਦੱਸ ਕੱਲ੍ਹ ਨੂੰ ਫਿਰ ਅਗਲੇ ਆਪਣੇ ਵਰਗੇ ਤਾਂ ਮੋਮਬੱਤੀਆਂ ਚੱਕਦੇ ਫਿਰੀ ਜਾਂਦੇ ਨੇ ਕਿਉਂ ਬਾਈ ਮੁੜ ਕੇ ਤਾਂ ਫਿਰ ਅਗਲਾ ਕਹਿੰਦਾ ਮੈਨੂੰ ਦੱਸ ਦਿੰਦਾ ਮੇਰੇ ਵਰਗਾ ਸਮਾਜ ਸੇਵੀ ਕਹਿੰਦਾ ਵੀ ਮੈਨੂੰ ਦੱਸ ਦਿੰਦਾ ਮੈਨੂੰ ਦੱਸ ਦਿੰਦਾ ਮੈਂ ਖੜਨਾ ਪਿੰਡ ਦਾ ਸਰਪੰਚ ਵੀ ਕਹਿੰਦਾ ਫਿਰ ਮੈਨੂੰ ਦੱਸਦਾ ਕੀ ਕਹਿਣਾ ਸੀਗਾ ਸਰਪੰਚ ਨੂੰ ਲੈ ਕੇ ਆਏਗਾ ਫਿਰ ਕੀ ਜਲੀਲ ਕਰੇਗਾ ਫਿਰ ਹੁਣ ਅਸੀਂ ਜਲੀਲ ਕਰਾਂਗੇ ਅਥਾਰ ਚ ਦਰੀ ਰੱਖ ਕੇ ਲੈ ਕੇ ਜਾਵਾਂਗੇ ਪੂਰੀ ਐਂ ਘੈਂਟ ਵਿਛਾ ਕੇ ਤੂੰ ਪਰਵਾਹ ਨਾ ਮਨ ਚਾਹੇ ਛੋਟਾ ਭਾਈ ਲਾ ਲਾ ਵੱਡਾ ਭਾਈ ਲਾ ਲਾ ਜਿੰਨੇ ਜੋਗੇ ਹੈਗੇ ਇਕੱਲੇ ਫੋਟੋ ਵੀਡੀਓ ਵਾਲੇ ਨੀ ਹੈਗੇ ਇਹ ਕਰਕੇ ਵੀ ਦਿਖਾਵਾਂਗੇ ਠੀਕ ਹੈ ਤੈਨੂੰ ਭਾਈ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਵੀ ਤੂੰ ਖਮਾਣੋ ਦਾ ਏਜੰਟ ਹੈਗਾ ਤੇਰਾ ਕੋਈ ਦਫ਼ਤਰ ਨਹੀਂ ਦੱਸਦੇ ਕੋਈ ਕੁਛ ਨਹੀਂ ਦੱਸਦੇ ਵੀਰ ਬਣ ਕੇ ਜਿਹਦੇ ਜਿਹਦੇ ਪੈਸੇ ਲੱਗੇ ਨੇ ਕੀ ਨਾਮ ਭਾਜੀ ਤੁਹਾਡਾ ਅੰਮ੍ਰਿਤਪਾਲ ਸਿੰਘ ਸਨ ਆਫ ਜਗਦੀਤ ਸਿੰਘ ਜਗਦੀਪ ਸਿੰਘ ਜਗਦੀਸ਼ ਸਿੰਘ ਬਾਈ ਜੀ ਤੁਹਾਡਾ ਕੀ ਨਾਮ ਚਰਨ ਸਿੰਘ ਜੀ ਨੇ ਤੇ ਇੱਕ ਵੀਰੇ ਦੇ ਹੋਰ ਤੁਹਾਡੇ ਨੇ ਲਖਵੀਰ ਸਿੰਘ ਸਨ ਆਫ ਸੋਹਣ ਸਿੰਘ ਤੇ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਉਹਨਾਂ ਦੀ ਸਿਰਫ਼ ਜ਼ਿੰਮੇਵਾਰੀ ਸ਼ੇਅਰ ਕਰਨ ਦੀ ਹੈ ਪੈਸੇ ਅਸੀਂ ਆਪੇ ਲੈ ਲਾਂਗੇ ਜੇ ਤੁਹਾਨੂੰ ਲੱਗਦਾ ਵੀ ਅਸੀਂ ਕੋਈ ਧੱਕਾ ਕਰਦੇ ਹਾਂ ਜਾਂ ਬੰਦੇ ਆਹ ਸਾਰੇ ਦੁਖੀ ਨੇ ਇਹਨਾਂ ਦੇ ਨਾਲ ਖੜੇ ਹਾਂ ਸ਼ਰੇਆਮ ਤੇਰੇ ਦਫ਼ਤਰ ਦੇ ਬਾਹਰ ਆਵਾਂਗੇ ਪੂਰਾ ਪਿੰਡ ਲੈ ਕੇ ਆਵਾਂਗੇ ਫਿਰ ਤੇ ਤੋਂ ਉੱਥੇ ਮਾਫ਼ੀ ਵੀ ਮੰਗਾਵਾਂਗੇ ਤੇ ਪੈਸੇ ਵੀ ਲੈ ਕੇ ਜਾਵਾਂਗੇ ਸੋ ਤੈਨੂੰ ਇਹ ਬੇਨਤੀ ਹੈ ਵੀ ਇਹਨਾਂ ਦਾ ਹੱਲ ਕਰ ਦੇ ਆਹੀ ਵੀਡੀਓ ਦਾ ਲਿੰਕ ਤੈਨੂੰ ਭੇਜਾਂਗੇ ਜੇ ਤੈਨੂੰ ਹਾਂ ਹੋਈ ਤਾਂ ਹਾਂ ਕਰਦੀ ਵੀ ਜਿੰਨੇ ਇਹਨਾਂ ਦੇ ਪੈਸੇ ਲੱਗੇ ਨੇ 70-70 ਹਜ਼ਾਰ ਜੋ ਤੇਰੀ ਫੀਸ ਆ ਉਹ ਕੱਟ ਲਈ ਠੀਕ ਹੈ ਵਿਦ ਫੈਨ ਲੱਗੇ ਨੇ ਉਹ ਵੀ ਪਰਚੀਆਂ ਚੱਕੀ ਫਿਰਦੇ ਨੇ ਬਾਕੀ ਜਿਹੜੀ ਮੈਂਟਲੀ ਹਰਾਸਮੈਂਟ ਹੋਈ ਆ ਉਹਦਾ ਕੋਈ ਵੈਲਿਊ ਨਹੀਂ ਹੁੰਦੀ ਠੀਕ ਆ ਉਹ ਪ੍ਰਾਈਜ਼ਲੈਸ ਚੀਜ਼ਾਂ ਨੇ ਸੋ ਕਿਰਪਾ ਕਰਕੇ ਇਹਨੂੰ ਸੋਲਵ ਆਊਟ ਕਰੋ ਨਹੀਂ ਫਿਰ ਮਿਲਦੇ ਹਾਂ ਜਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਜਿਵੇਂ ਕਿ ਤੁਹਾਨੂੰ ਪਤਾ ਵੀ ਏਜੰਟਾਂ ਦੇ ਅੱਜ ਕੱਲ੍ਹ ਬਹੁਤ ਫਰਾਡ ਚੱਲਦੇ ਪਏ ਨੇ ਇਹ ਬਾਈ ਹੋਣੀ ਕਿਹਦੇ ਪਿੰਡ ਤੋਂ ਵੀਰੇ ਤੁਸੀਂ ਅਟਾਲਾ ਪਿੰਡ ਤੋਂ ਹੈਗੇ ਨੇ ਤੇ ਇਹਨਾਂ ਨਾਲ ਵੀ ਧੋਖੇਧੜੀ ਹੋਈ ਹੈ ਇੱਕ ਏਜੰਟ ਹੈ ਇਹ ਵੀਡੀਓ ਸਿਰਫ ਉਹਦੇ ਨਾਲ ਵਾਰਨਿੰਗ ਵਾਲੀ ਗੱਲ ਹੈ ਪਹਿਲਾਂ ਮੈਂ ਉੱਥੇ ਫੋਨ ਤੇ ਗੱਲ ਕਰੀ ਹੈ ਇਹਨਾਂ ਦੇ ਕਿੱਥੇ ਦਾ ਵੀਜ਼ਾ ਲਵਾਏ ਤੁਸੀਂ ਵੀਰੇ ਦੁਬਈ ਦੇ ਲਵਾਏ ਸੀ 70-70 ਹਜ਼ਾਰ ਰੁਪਇਆ ਇਹਨਾਂ ਨੇ ਦਿੱਤਾ ਹੋਇਆ ਤੇ ਆਹ ਵੀਰੇ ਨੂੰ ਬਹੁਤ ਜ਼ਿਆਦਾ ਹਰਾਸਮੈਂਟ ਹੋਈ ਹੈ ਬਾਹਰ ਫਾਈਨ ਵੀ ਪਏ ਨੇ ਕੀ ਹੋਇਆ ਭਾਜੀ ਦੱਸੋ ਬੋਲੋ ਬੋਲੋ ਖੁੱਲ ਕੇ ਨਾਮ ਨਹੀਂ ਲੈਣਾ ਹਜੇ ਨਾ ਫਿਰ ਆਪਾਂ ਨਾ ਕੀ ਫਿਰ ਆਪਾਂ ਤਾਂ ਬਾਹਰ ਜਾ ਕੇ ਬਹਿ ਜਾਂਗੇ ਪਹਿਲਾਂ ਮੈਂ ਬੈਠੂ ਫਿਰ ਤੁਸੀਂ ਬੈਠੇ ਹੋ ਹਾਂ ਠੀਕ ਹੈ ਕਿਹੜੀ ਕੰਟਰੀ ਦਾ ਦੁਬਈ ਦਾ ਅੱਛਾ
ਕੋਈ ਨਹੀਂ ਕੋਈ ਨਹੀਂ ਬੋਲੋ। ਉਹ ਕਹਿੰਦੇ ਵੀ ਉਧਰ ਜਾ ਕੇ ਤੁਹਾਡਾ ਪੱਕਾ ਪਲੈਨਡ ਵੀਜ਼ਾ ਕਰਵਾ ਦਿੰਦੇ। ਠੀਕ ਹੈ। ਤੇ ਉਸ ਤੋਂ ਬਾਅਦ ਉਹਨੇ ਗੌਰ ਨਹੀਂ ਕੀਤੀ ਵੀਰੇ ਸਾਡਾ, ਕਹਿੰਦੇ ਵੀ 10 ਦਿਨ ਰੁਕ ਜਾਓ। ਓਕੇ। ਜਿਹੜਾ ਇੱਕ ਮਹੀਨੇ ਦਾ ਵੀਜ਼ਾ ਸੀ ਉਹ ਖਤਮ ਹੋ ਗਿਆ। ਠੀਕ ਹੈ। ਤੇ 10 ਦਿਨ ਕਹਿੰਦੇ ਰੁਕ ਜਾਓ, ਉਸ ਤੋਂ ਬਾਅਦ ਤੁਹਾਡਾ ਪੱਕਾ ਵੀਜ਼ਾ ਕਰਵਾ। ਠੀਕ ਹੈ। ਮੇਰੀ ਉਹਦੇ ਨਾਲ ਗੱਲ ਹੋਈ ਹੈ, ਯਾਨੀ ਕਿ ਉਹ ਕਹਿ ਰਿਹਾ ਵੀ ਮੈਂ ਤਰਸ ਦੇ ਆਧਾਰ ਤੇ 15-20 ਹਜ਼ਾਰ ਰੁਪਇਆ ਦੇ ਸਕਦਾ, ਇਹਨਾਂ ਦਾ 70-70 ਹਜ਼ਾਰ ਲੱਗਿਆ। ਵੀਡੀਓ ਬਣਾ ਕੇ ਲਿੰਕ ਤੈਨੂੰ ਵੀ ਪਾਵਾਂਗੇ, ਵੱਡੇ ਭਾਈ ਜਾਂ ਛੋਟੇ ਭਾਈ ਜਿਹੜਾ ਵੀ ਤੂੰ ਹੈਗਾ, ਮੈਂ ਇਹ ਚੀਜ਼ਾਂ ਤੋਂ ਕੁਛ ਵੀ ਨਹੀਂ ਲੈਣਾ, ਮੇਰਾ ਆਪਣਾ ਕਾਰੋਬਾਰ ਚੱਲਦਾ। ਪਰ ਉਹ ਜਿਹੜੇ ਭਰਾ ਮੈਨੂੰ ਕੱਲ੍ਹ ਵੀ ਮਿਲਣ ਆਏ ਸੀਗੇ, ਉਹ ਅੱਜ ਵੀ ਮਿਲਣ ਆਏ ਨੇ, ਮੈਂ ਇਹਨਾਂ ਨਾਲ ਸ਼ਰੇਆਮ ਖੜਾ। ਜਿੰਨੇ ਇਹਨਾਂ ਦੇ ਪੈਸੇ ਲੱਗੇ ਨੇ, ਠੀਕ ਹੈ ਜੀ, ਜੇ ਤਾਂ ਤੁਸੀਂ ਦੇ ਸਕਦੇ ਹੋ ਤਾਂ ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਕੋਈ ਆਫਿਸ ਦੀ ਵੀਡੀਓ ਨਹੀਂ ਬਣਾਵਾਂਗੇ, ਕੋਈ ਤੁਹਾਡੇ ਨਾਲ ਜਾ ਕੇ ਲਾਈਵ ਨਹੀਂ ਹੋਵਾਂਗੇ। ਜੋ ਹੋਊਗਾ ਠੀਕ ਹੈ, ਅੱਗੇ ਤੋਂ ਤੁਹਾਡੇ ਕੇਸ ਨਾ ਸੁਣਨ, ਜੇ ਕੋਈ ਹੋਰ ਵੀ ਉਹਦੇ ਪ੍ਰਤੀ ਕੇਸ ਹੋਣ ਉਹ ਸਾਡੇ ਨਾਲ ਸੰਪਰਕ ਕਰੇ, ਅਸੀਂ ਆਪਣੇ ਏਰੀਏ ਦੇ ਵਿੱਚ ਆਹ ਕੁਛ ਕਰ ਸਕਦੇ ਹਾਂ। ਜੋ ਮਹਾਰਾਜ ਨੇ ਪਾਵਰ ਬਖਸ਼ੀ ਹੈ, ਜੋ ਸੰਗਤ ਦਾ ਪਿਆਰ ਬਖਸ਼ਿਆ, ਉਹਨਾਂ ਕਰਕੇ ਨਹੀਂ, ਮੇਰਾ ਘਰ ਬਾਰ ਹੈ, ਵਪਾਰ ਹੈ, ਵਧੀਆ, ਮੈਨੂੰ ਕੋਈ ਇੱਦਾਂ ਚੀਜ਼ਾਂ ਲੋੜ ਨਹੀਂ। ਪਰ ਜੇ ਅਸੀਂ ਕਿਸੇ ਦੇ ਕੰਮ ਹੀ ਨਾ ਆ ਸਕੇ, ਹੁਣ ਉਹ ਵੀ ਬੰਦੇ ਆਸ ਨਾਲ ਆਏ ਵੀਰੇ, ਕੱਲ੍ਹ ਵੀ ਆਏ ਤੁਸੀਂ, ਅੱਜ ਫਿਰ ਆਏ ਨੇ, ਠੀਕ ਹੈ, ਅਤੇ ਮੈਂ ਇਹਨਾਂ ਨਾਲ ਵੀਰੇ ਸ਼ਰੇਆਮ ਖੜਾ। ਦੂਜੀ ਗੱਲ ਇਹ ਹੈ ਵੀ ਆਹ ਵੀਡੀਓ ਤੈਨੂੰ ਲਿੰਕ ਭੇਜਾਂਗੇ, ਜੇ ਤੂੰ ਚਾਹੁੰਦਾ ਵੀ ਆਪਣਾ ਕੋਈ ਨੁਕਸਾਨ ਨਾ ਹੋਵੇ, ਮਤਲਬ ਫਾਈਨੈਂਸ ਦਾ, ਦੇਖੋ ਜੇ ਅਸੀਂ ਵੀਡੀਓ ਕਰਤੀ ਫਿਰ ਤੁਹਾਡੇ ਕੋਲ ਕੋਈ ਕੇਸ ਨਹੀਂ ਆਉਣਾ, ਜੇ ਸਹੀ ਸੂਈ ਕੰਮ ਕਰਦੇ ਤਾਂ ਫਿਰ ਕਰੀ ਜਾਇਓ, ਸਾਨੂੰ ਉਹ 'ਚ ਕੋਈ ਦਿੱਕਤ ਨਹੀਂ, ਸਾਰੀ ਦੁਨੀਆ ਕਰਦੀ ਹੈ, ਠੀਕ ਹੈ। ਪਰ ਜੇ ਵੀਰੇ ਤੁਸੀਂ ਇਹਨਾਂ ਨਾਲ ਧੱਕਾ ਕਰਨਾ, ਆਹ ਮੁੰਡਾ ਸੁਸਾਈਡ ਕਰਨ ਨੂੰ ਫਿਰਦਾ, ਦੱਸ ਕੱਲ੍ਹ ਨੂੰ ਫਿਰ ਅਗਲੇ ਆਪਣੇ ਵਰਗੇ ਤਾਂ ਮੋਮਬੱਤੀਆਂ ਚੱਕਦੇ ਫਿਰੀ ਜਾਂਦੇ ਨੇ, ਕਿਉਂ ਬਾਈ, ਮੁੜ ਕੇ ਤਾਂ ਫਿਰ ਅਗਲਾ ਕਹਿੰਦਾ ਮੈਨੂੰ ਦੱਸ ਦਿੰਦਾ, ਮੇਰੇ ਵਰਗਾ ਸਮਾਜ ਸੇਵੀ ਕਹਿੰਦਾ ਵੀ ਮੈਨੂੰ ਦੱਸ ਦਿੰਦਾ, ਮੈਨੂੰ ਦੱਸ ਦਿੰਦਾ, ਮੈਂ ਖੜਨਾ ਪਿੰਡ ਦਾ ਸਰਪੰਚ ਵੀ ਕਹਿੰਦਾ ਫਿਰ ਮੈਨੂੰ ਦੱਸਦਾ, ਕੀ ਕਹਿਣਾ ਸੀਗਾ, ਸਰਪੰਚ ਨੂੰ ਲੈ ਕੇ ਆਏਗਾ ਫਿਰ ਕੀ ਜਲੀਲ ਕਰੇਗਾ, ਫਿਰ ਹੁਣ ਅਸੀਂ ਜਲੀਲ ਕਰਾਂਗੇ, ਅਥਾਰ ਚ ਦਰੀ ਰੱਖ ਕੇ ਲੈ ਕੇ ਜਾਵਾਂਗੇ ਪੂਰੀ ਐਂ ਘੈਂਟ ਵਿਛਾ ਕੇ। ਤੂੰ ਪਰਵਾਹ ਨਾ ਮੰਨ, ਚਾਹੇ ਛੋਟਾ ਭਾਈ ਲਾ ਲਾ, ਵੱਡਾ ਭਾਈ ਲਾ ਲਾ, ਜਿੰਨੇ ਜੋਗੇ ਹੈਗੇ, ਇਕੱਲੇ ਫੋਟੋ ਵੀਡੀਓ ਵਾਲੇ ਨੀ ਹੈਗੇ, ਇਹ ਕਰਕੇ ਵੀ ਦਿਖਾਵਾਂਗੇ, ਠੀਕ ਹੈ। ਤੈਨੂੰ ਭਾਈ ਦੋਵੇਂ ਹੱਥ ਜੋੜ ਕੇ ਬੇਨਤੀ ਹੈ, ਜਿਹੜਾ ਵੀ ਤੂੰ ਖਮਾਣੋ ਦਾ ਏਜੰਟ ਹੈਗਾ, ਤੇਰਾ ਕੋਈ ਦਫ਼ਤਰ ਨਹੀਂ ਦੱਸਦੇ, ਕੋਈ ਕੁਛ ਨਹੀਂ ਦੱਸਦੇ, ਵੀਰ ਬਣ ਕੇ ਜਿਹਦੇ ਜਿਹਦੇ ਪੈਸੇ ਲੱਗੇ ਨੇ, ਕੀ ਨਾਮ ਭਾਜੀ ਤੁਹਾਡਾ, ਅੰਮ੍ਰਿਤਪਾਲ ਸਿੰਘ, ਸਨ ਆਫ ਜਗਦੀਤ ਸਿੰਘ, ਜਗਦੀਸ਼ ਸਿੰਘ ਬਾਈ ਜੀ, ਤੁਹਾਡਾ ਕੀ ਨਾਮ, ਚਰਨ ਸਿੰਘ ਜੀ ਨੇ, ਤੇ ਇੱਕ ਵੀਰ ਦੇ ਹੋਰ ਤੁਹਾਡੇ ਨੇ, ਲਖਵੀਰ ਸਿੰਘ, ਸਨ ਆਫ ਸੋਹਣ ਸਿੰਘ, ਤੇ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਉਹਨਾਂ ਦੀ ਸਿਰਫ ਜ਼ਿੰਮੇਵਾਰੀ ਸ਼ੇਅਰ ਕਰਨ ਦੀ ਹੈ, ਪੈਸੇ ਅਸੀਂ ਆਪੇ ਲੈ ਲਾਂਗੇ। ਜੇ ਤੁਹਾਨੂੰ ਲੱਗਦਾ ਵੀ ਅਸੀਂ ਕੋਈ ਧੱਕਾ ਕਰਦੇ ਹਾਂ ਜਾਂ ਬੰਦੇ, ਆਹ ਸਾਰੇ ਦੁਖੀ ਨੇ, ਇਹਨਾਂ ਦੇ ਨਾਲ ਖੜੇ ਹਾਂ, ਸ਼ਰੇਆਮ ਤੇਰੇ ਦਫ਼ਤਰ ਦੇ ਬਾਹਰ ਆਵਾਂਗੇ, ਪੂਰਾ ਪਿੰਡ ਲੈ ਕੇ ਆਵਾਂਗੇ, ਫਿਰ ਤੇ ਤੋਂ ਉੱਥੇ ਮਾਫ਼ੀ ਵੀ ਮੰਗਾਵਾਂਗੇ ਤੇ ਪੈਸੇ ਵੀ ਲੈ ਕੇ ਜਾਵਾਂਗੇ। ਸੋ ਤੈਨੂੰ ਇਹ ਬੇਨਤੀ ਹੈ ਵੀ ਇਹਨਾਂ ਦਾ ਹੱਲ ਕਰ ਦੇ, ਆਹੀ ਵੀਡੀਓ ਦਾ ਲਿੰਕ ਤੈਨੂੰ ਭੇਜਾਂਗੇ, ਜੇ ਤੈਨੂੰ ਹਾਂ ਹੋਈ ਤਾਂ ਹਾਂ ਕਰ ਦੀ, ਵੀ ਜਿੰਨੇ ਇਹਨਾਂ ਦੇ ਪੈਸੇ ਲੱਗੇ ਨੇ 70-70 ਹਜ਼ਾਰ, ਜੋ ਤੇਰੀ ਫੀਸ ਆ ਉਹ ਕੱਟ ਲਈ, ਠੀਕ ਹੈ, ਵਿਦ ਫੈਨ ਲੱਗੇ ਨੇ ਉਹ ਵੀ ਪਰਚੀਆਂ ਚੱਕੀ ਫਿਰਦੇ ਨੇ, ਬਾਕੀ ਜਿਹੜੀ ਮੈਂਟਲੀ ਹਰਾਸਮੈਂਟ ਹੋਈ ਆ ਉਹਦਾ ਕੋਈ ਵੈਲਿਊ ਨਹੀਂ ਹੁੰਦੀ, ਠੀਕ ਆ, ਉਹ ਪ੍ਰਾਈਜ਼ਲੈਸ ਚੀਜ਼ਾਂ ਨੇ। ਸੋ ਕਿਰਪਾ ਕਰਕੇ ਇਹਨੂੰ ਸੋਲਵ ਆਊਟ ਕਰੋ, ਨਹੀਂ ਫਿਰ ਮਿਲਦੇ ਹਾਂ ਜਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।